ਆਈ ਹੈ ਕਿਉਂਕਿ ਚਮਕੀਲਾ ਰੀਅਲ ਲਾਈਫ ਦੇ ਵਿੱਚ ਇੱਦਾਂ ਸੀ, ਇਹ ਚੀਜ਼ ਦਿਖਾਉਣੀ ਉਹਨਾਂ ਲਈ ਜ਼ਰੂਰੀ ਸੀ। ਇਸ ਲਈ ਇਹ ਰੀਅਲ ਸੀਨ ਬਣਾਉਣ ਦੀ ਬਜਾਏ ਉਹਨਾਂ ਨੇ ਇੱਕ ਐਨੀਮੇਟਡ ਤਰੀਕੇ ਨਾਲ ਆਰਟ ਬਣਾ ਕੇ ਦਿਖਾਇਆ। ਤੇ ਇਹ ਸੀ ਚੌਂਬੀ ਛੱਡ ਰੱਖੇ 3-15 ਸਿੱਧੂ ਮੂਸੇਵਾਲਾ ਚਮਕੀਲਾ ਥੋੜੇ ਚਮਕੀ। ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਸੋ ਦੋਸਤੋ, ਅੱਜ ਜਿਹੜੀ ਵੀਡੀਓ ਕਰਨ ਲੱਗੇ ਆਪਾਂ, ਸੁੱਖੋ ਵਾਇਰਲ ਬਾਈ ਨੇ ਆਪਣੇ ਚੈਨਲ ਤੇ ਅਪਲੋਡ ਕੀਤੀ ਹੈ, ਐਕਸਪਲੇਨ ਵਟ ਸਿੱਧੂ ਮੂਸੇਵਾਲਾ ਥਿੰਕ ਅਬਾਊਟ ਅਮਰ ਸਿੰਘ ਚਮਕੀਲਾ ਤੇ ਮੂਵੀ ਐਕਸਪਲੇਨ ਬਾਈ ਨੇ ਵਿੱਚ ਵਿੱਚ ਦਲਜੀਤ ਬਾਈ ਦੀ ਗੱਲ ਕੀਤੀ ਹੈ, ਜਿਹੜੀ ਉਹਨਾਂ ਦੀ ਮੂਵੀ ਆਈ ਹੈ ਤੇ ਉਹਦੇ ਬਾਰੇ ਕੁਛ ਗੱਲਾਂ ਬਾਈ ਨੇ ਸ਼ੇਅਰ ਕੀਤੀਆਂ ਇੱਧਰੋਂ ਉੱਧਰੋਂ ਲੱਭ ਕੇ, ਹਨਾ। ਹਾਂ, ਤੇ ਦੇਖਦੇ ਹਾਂ ਵੀਡੀਓ ਕਿੱਦਾਂ ਬਣਾਈ, ਕਿਉਂਕਿ ਬਾਈ ਵੀਡੀਓ ਬਹੁਤ ਘੈਂਟ ਬਣਾਉਂਦਾ, ਇੰਟਰਟੇਨਮੈਂਟ ਦੇ ਵੀਡੀਓ ਕਾਫੀ ਕੁਛ ਆਪਾਂ ਨੂੰ ਪਤਾ ਚੱਲਦਾ ਉਹਨਾਂ ਦੀ ਵੀਡੀਓ ਰਾਹੀਂ। ਕਰਦੇ ਸ਼ੁਰੂ, ਦੇਖਦੇ ਹਾਂ ਕੀ ਕਹਿੰਦਾ ਬਾਈ ਵੀਡੀਓ 'ਚ, ਕਰਦੇ ਹਾਂ ਸਟਾਰਟ। ਸਿੱਧੂ ਮੂਸੇਵਾਲਾ ਬਾਈ ਕੀ ਸੋਚਦੇ ਹੁੰਦੇ ਸੀ ਚਮਕੀਲਾ ਦੇ ਬਾਰੇ, ਮੈਂ ਇੱਕ ਵੀਡੀਓ ਕਲਿੱਪ ਵੀ ਦਿਖਾਊਂਗਾ ਸਿੱਧੂ ਮੂਸੇਵਾਲਾ ਬਾਈ ਦੀ, ਜਿਹਦੇ ਵਿੱਚ ਉਹ ਚਮਕੀਲਾ ਦੇ ਬਾਰੇ ਗੱਲ ਕਰ ਰਹੇ ਨੇ ਆਪਣੇ ਸਟੇਜ ਤੇ। ਇੱਕ ਟਾਈਮ ਤੇ ਲੋਕਾਂ ਨੇ ਸਿੱਧੂ ਬਾਈ ਨੂੰ ਚਮਕੀਲਾ ਦੀ ਲਾਈਫ ਨਾਲ ਜੋੜ ਕੇ ਦੇਖਿਆ ਸੀ, ਫਿਰ ਜਦੋਂ ਸਿੱਧੂ ਬਾਈ ਨੇ ਆਪਣੇ ਗਾਣੇ ਦੇ ਵਿੱਚ ਚਮਕੀਲਾ ਦਾ ਨਾਮ ਲਿਆ ਤਾਂ ਫਿਰ ਲੋਕ ਕਨਫਿਊਜ਼ ਹੋ ਗਏ ਸੀ ਕਿ ਸਿੱਧੂ ਬਾਈ ਚਮਕੀਲਾ ਨੂੰ ਸੁਣਦੇ ਨੇ, ਉਹਨਾਂ ਨੂੰ ਵਧੀਆ ਮੰਨਦੇ ਨੇ ਜਾਂ ਫਿਰ ਉਹ ਚਮਕੀਲਾ ਨੂੰ ਸਹੀ ਨਹੀਂ ਮੰਨਦੇ। ਤੇ ਨਾਲ ਹੀ ਆਪਾਂ ਇਸ ਵੀਡੀਓ ਦੇ ਵਿੱਚ ਦਿਲਜੀਤ ਦੀ ਨਵੀਂ ਆਈ ਹੋਈ ਮੂਵੀ ਦਾ ਇੱਕ ਛੋਟਾ ਜਿਹਾ ਰਿਵਿਊ ਕਰਾਂਗੇ ਤੇ ਉਹਦੇ ਛੋਟੇ ਛੋਟੇ ਪੁਆਇੰਟਸ ਦੱਸਾਂਗੇ। ਸੋ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ, ਆਓ ਵੀਡੀਓ ਸ਼ੁਰੂ ਕਰਦੇ ਹਾਂ। ਨਹੀਂ ਸਿੰਗਰ ਨੇ ਵੱਡੇ ਵੱਡੇ ਸਿੰਗਰ ਹੋਏ, ਚਮਕੀਲੇ ਦਾ ਜ਼ਿਕਰ ਕੀਤਾ ਜੇਕਰ ਆਪਾਂ ਚਮਕੀਲਾ ਦੀ ਪੋਪੂਲੈਰਿਟੀ ਦੀ ਗੱਲ ਕਰੀਏ ਤਾਂ ਚਮਕੀਲਾ ਇੰਨੇ ਬਿਜ਼ੀ ਰਹਿੰਦੇ ਸੀ ਆਪਣੇ ਸ਼ੋਜ਼ ਦੇ ਵਿੱਚ, ਉਹਨਾਂ ਨੂੰ ਆਪਣੇ ਆਫਿਸ ਆਉਣ ਦਾ ਵੀ ਟਾਈਮ ਨਹੀਂ ਹੁੰਦਾ ਸੀ। ਉਹਨਾਂ ਦੇ ਜਿਹੜੇ ਪ੍ਰੋਗਰਾਮ ਮੈਨੇਜ ਕਰਦੇ, ਉਹਨਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਇਹ ਦੱਸਿਆ ਕਿ ਲੋਕ ਮੇਰੇ ਕੋਲ ਆਉਂਦੇ ਸੀ ਪ੍ਰੋਗਰਾਮ ਬੁੱਕ ਕਰਵਾਉਣ ਲਈ, ਤੇ ਉਹਨਾਂ ਦੇ ਵਿਆਹ ਦੇ ਕਾਰਡ ਵੀ ਛਪ ਜਾਂਦੇ ਸੀ, ਪਰ ਉਹ ਫਿਰ ਵੀ ਇਹ ਗੱਲ ਕਹਿੰਦੇ ਸੀ ਕਿ ਜਦੋਂ ਚਮਕੀਲਾ ਨੂੰ ਟਾਈਮ ਹੋਊਗਾ ਗਾਉਣ ਦਾ ਉਦੋਂ ਹੀ ਅਸੀਂ ਵਿਆਹ ਦੀ ਤਰੀਕ ਲਿਖ ਲਾਂਗੇ, ਯਾਨੀ ਕਿ ਅੱਗੇ ਪਿੱਛੇ ਕਰ ਲੈਂਦੇ ਸੀ ਆਪਣੇ ਵਿਆਹ ਦੀਆਂ ਤਰੀਕਾਂ। ਵਿਆਹ ਵੀ ਉਹਨੂੰ ਪੁੱਛ ਕੇ ਦੱਸ ਦੇ ਵੀ ਖਾਲੀ ਹੈ, ਜਿੰਨਾ ਖਾਲੀ ਉਹਨੂੰ ਵਿਆਹ ਰੱਖਾਂਗੇ। ਚਮਕੀਲੇ ਦਾ ਸਟੇਜ ਹੋਣਾ ਚਾਹੀਦਾ ਤਾਂ ਅਸੀਂ ਵਿਆਹ ਕਰਨਾ, ਤਾਂ ਵਿਆਹ ਕਰਨਾ। ਪਰ ਉਹ ਕਹਿੰਦੇ ਸੀ ਕਿ ਯਾਰ ਚਮਕੀਲਾ ਦੀ ਬੁਕਿੰਗ ਜ਼ਰੂਰ ਕਰਨੀ ਹੈ, ਅਸੀਂ ਇਹਦਾ ਪ੍ਰੋਗਰਾਮ ਆਪਣੇ ਵਿਆਹ ਦੇ ਵਿੱਚ ਜ਼ਰੂਰ ਲਵਾਉਣਾ ਹੈ। ਫਿਰ ਇਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਲੋਕ ਦੇਖਣ ਆਉਂਦੇ ਸੀ ਚਮਕੀਲਾ ਨੂੰ, ਜਿੱਦਾਂ ਸਿੱਧੂ ਮੂਸੇਵਾਲਾ ਬਾਈ ਦੀ ਪੋਪੂਲੈਰਿਟੀ ਸੀ, ਲੋਕ ਸਿੱਧੂ ਬਾਈ ਨੂੰ ਮਿਲਣ ਦੂਰੋਂ ਦੂਰੋਂ ਆਉਂਦੇ ਰਹਿੰਦੇ ਸੀ ਉਹਨਾਂ ਦੀ ਹਵੇਲੀ ਤੇ, ਉਵੇਂ ਜਦੋਂ ਚਮਕੀਲਾ ਨੂੰ ਮਿਲਣ ਆਉਂਦੇ ਸੀ ਲੋਕ, ਉਦੋਂ 2-2 ਹਜ਼ਾਰ 3-3 ਹਜ਼ਾਰ ਦਾ ਇੱਕ ਤਰ੍ਹਾਂ ਦਾ ਮੱਥਾ ਟੇਕ ਜਾਂਦੇ ਸੀ, ਯਾਨੀ ਕਿ ਉਹ ਪੈਸੇ ਵੀ ਦੇ ਜਾਂਦੇ ਸੀ ਚਮਕੀਲਾ ਨੂੰ ਮਿਲਣ ਦੇ, ਉਹਨਾਂ ਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਸੀ। ਆ ਕੇ ਯਾਰ ਕੀ ਕਹਿੰਦੇ ਹੁੰਦੇ ਬਾਈ ਜੀ ਤੂੰ ਚਮਕੀਲਾ, ਕਹਿੰਦੇ ਹਾਂ ਰੁਪਈਆ 2-2 ਹਜ਼ਾਰ ਰੁਪਈਆ ਉਹੀ ਮੱਥਾ ਟੇਕ ਜਾਂਦੇ ਸੀ ਅੰਦਰ ਦਫ਼ਤਰ 'ਚ, ਕੋਈ ਪ੍ਰੋਗਰਾਮ ਤੋਂ ਬਿਨਾਂ ਹੀ ਦੇਖਣ ਦਾ ਹੀ ਬਸ ਦਰਸ਼ਨ ਕਰਨ ਦੇ ਬਸ। ਫਿਰ ਇਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਅਸੀਂ ਕਿਸੇ ਵਿਆਹ ਦੇ ਪ੍ਰੋਗਰਾਮ ਤੇ ਜਾਂਦੇ ਸੀ ਉਸ ਟਾਈਮ ਦੇ ਵਿੱਚ ਜਿੰਨੇ ਵੀ ਸਿੰਗਰ ਹੁੰਦੇ ਸੀ ਉਹ ਘਰ ਵਾਲਿਆਂ ਤੋਂ ਪਹਿਲਾਂ ਪੇਮੈਂਟ ਲੈਂਦੇ ਹੁੰਦੇ ਸੀ, ਜਦੋਂ ਪੇਮੈਂਟ ਮਿਲ ਜਾਂਦੀ ਸੀ ਉਸ ਤੋਂ ਬਾਅਦ ਹੀ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਸੀ। ਪੇਮੈਂਟ ਅਸੀਂ ਲੈਣੀ ਪਹਿਲਾਂ, ਹੁਣ ਕਲਾਕਾਰ ਨੇ ਤਾਂ ਲੈਣੀ ਨਹੀਂ, ਪੇਮੈਂਟ ਤੋਂ ਬਿਨਾਂ ਸਟੇਜ ਤੇ ਨਹੀਂ ਚੜ੍ਹਦੇ। ਬੁਕਿੰਗ ਵਾਲਿਆਂ ਨੇ ਬਣਾ ਉਹ ਜੀ ਗਿਆ ਮੰਡੀ ਗਿਆ ਠਹਿਰ ਕੇ, ਉਹਨਾਂ ਚਿਰ ਕੱਪੜੇ ਨਹੀਂ ਪਾਉਂਦੇ ਕਲਾਕਾਰ। ਇਸ ਤੋਂ ਬਾਅਦ ਆਪਾਂ ਹੁਣ ਮੂਵੀ ਦੀ ਗੱਲ ਕਰ ਲੈਂਦੇ ਹਾਂ ਜਿਹੜੀ ਦਿਲਜੀਤ ਦੋਸਾਂਝ ਦੀ ਇੱਕ ਮੂਵੀ ਆਈ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਜਿਹੜੀ ਮੂਵੀ ਹਿੰਦੀ ਦੇ ਵਿੱਚ ਬਣੀ ਹੈ, ਇਹ ਹਿੰਦੀ ਦੇ ਵਿੱਚ ਬਣ ਕੇ ਵੀ ਇੰਨਾ ਇੰਪੈਕਟ ਕ੍ਰੀਏਟ ਕਰ ਰਹੀ ਹੈ, ਕਿਉਂਕਿ ਮੋਸਟਲੀ ਜਿਹੜੀਆਂ ਬਾਇਓਪਿਕਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਇੰਟਰਸਟ ਨਹੀਂ ਲੈਂਦੇ ਲੋਕ। ਇਹ ਵਾਲੀ ਮੂਵੀ ਨੂੰ ਕ੍ਰੀਏਟ ਹੀ ਇਸ ਤਰੀਕੇ ਨਾਲ ਕੀਤਾ ਗਿਆ, ਸਟੋਰੀ ਟੈਲਿੰਗ ਦਾ ਜਿਹੜਾ ਵੇ ਚੁਣਿਆ ਇਸ ਮੂਵੀ ਦੇ ਡਾਇਰੈਕਟਰ ਨੇ ਉਹ ਇੱਕ ਬਹੁਤ ਡਿਫਰੈਂਟ ਤਰੀਕੇ ਨਾਲ ਦੱਸਿਆ, ਯਾਨੀ ਕਿ ਇਹ ਮੂਵੀ ਸ਼ੁਰੂ ਹੀ ਡੈਥ ਤੋਂ ਹੁੰਦੀ ਹੈ ਤੇ ਫਿਰ ਬਾਅਦ ਦੇ ਵਿੱਚ ਸਾਰੀਆਂ ਚੀਜ਼ਾਂ ਖੁੱਲਦੀਆਂ ਜਾਂਦੀਆਂ ਨੇ। ਇਸ ਦੇ ਨਾਲ ਹੀ ਇਸ ਮੂਵੀ ਦੇ ਵਿੱਚ 1984 ਦਾ ਟਾਈਮ ਵੀ ਦਿਖਾਇਆ ਗਿਆ, ਇਹ ਚੀਜ਼ ਦਿਖਾਉਣੀ ਜ਼ਰੂਰੀ ਸੀ। ਹਾਂ, ਇਸ ਚੀਜ਼ ਨੂੰ ਥੋੜਾ ਹੋਰ ਕ੍ਰੀਏਟ ਕਰ ਸਕਦੇ ਸੀ, ਪਰ ਜਿੰਨੀ ਵੀ ਦਿਖਾਈ ਹੈ ਉਹ ਬਹੁਤ ਸਹੀ ਦਿਖਾਈ ਹੈ। ਇਸ ਚੀਜ਼ ਤੋਂ ਸਾਰਿਆਂ ਨੂੰ ਪਤਾ ਲੱਗੂਗਾ ਕਿ ਪੰਜਾਬ ਤੇ ਕਿੱਦਾਂ ਦਾ ਟਾਈਮ ਆਇਆ ਸੀ। ਜੇਕਰ ਆਪਾਂ ਚਮਕੀਲੇ ਦੇ ਕੈਰੈਕਟਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇਹ ਦਿਖਾਇਆ ਗਿਆ ਕਿ ਚਮਕੀਲਾ ਦਾ ਜਿਹੜਾ ਕੈਰੈਕਟਰ ਸੀ ਉਹ ਇੱਕ ਤਰ੍ਹਾਂ ਦਾ ਇਦਾਂ ਦਾ ਸੀ ਕਿ ਉਹ ਹਰ ਕੁੜੀ ਨੂੰ ਮਾੜੀ ਨਜ਼ਰ ਨਾਲ ਨਹੀਂ ਦੇਖਦਾ ਸੀ। ਜੇਕਰ ਆਪਾਂ ਦਿਲਜੀਤ ਦੋਸਾਂਝ ਦੀ ਐਕਟਿੰਗ ਦੀ ਗੱਲ ਕਰੀਏ ਤਾਂ ਤੁਹਾਨੂੰ ਮੂਵੀ ਦੇਖ ਕੇ ਇਦਾਂ ਨਹੀਂ ਲੱਗੂਗਾ ਕਿ ਅਸੀਂ ਦਿਲਜੀਤ ਦੋਸਾਂਝ ਨੂੰ ਦੇਖ ਰਹੇ ਹਾਂ, ਸਾਨੂੰ ਮੂਵੀ ਦੇ ਵਿੱਚ ਚਮਕੀਲੇ ਦਾ ਇਹ ਕੈਰੈਕਟਰ ਚਮਕੀਲਾ ਹੀ ਲੱਗੂਗਾ। ਇਹਦੇ ਵਿੱਚ ਇਹ ਵੀ ਦਿਖਾਇਆ ਗਿਆ ਕਿ ਪਹਿਲਾਂ ਚਮਕੀਲਾ ਜਦੋਂ ਫੈਕਟਰੀਜ਼ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਉਦੋਂ ਉਹ ਸਰਦਾਰ ਸੀ, ਯਾਨੀ ਕਿ ਉਹਦੇ ਕੇਸ ਰੱਖੇ ਹੋਏ ਸੀ। ਇੱਕ ਸੀਨ ਦੇ ਵਿੱਚ ਪ੍ਰੋਪਰ ਇਹ ਚੀਜ਼ ਕਵਰ ਕੀਤੀ ਗਈ ਹੈ ਕਿ ਉਹ ਆਪਣੇ ਕੇਸ ਕਤਲ ਕਰਵਾ ਕੇ ਘਰ ਆਉਂਦਾ ਤੇ ਉਹਦੇ ਚਾਚਾ ਉਹਨੂੰ ਕਿੰਨਾ ਲੜਦਾ ਤੇ ਕੁੱਟਦਾ। ਮੂਵੀ ਦੇ
ਵਿੱਚ ਕਿਤੇ ਕਿਤੇ ਰੀਅਲ ਫੋਟੋਜ਼ ਵੀ ਪਾਈਆਂ ਗਈਆਂ ਨੇ ਜਿਹੜੀਆਂ ਇਸ ਮੂਵੀ ਦੇ ਵਿੱਚ ਬਹੁਤ ਪ੍ਰਭਾਵ ਪਾਉਂਦੀਆਂ ਨੇ। ਇੱਕ ਸੀਨ ਦੇ ਵਿੱਚ ਦਿਲਜੀਤ ਦੋਸਾਂਝ ਤੁਹਾਨੂੰ ਸਿਗਰਟ ਪੀਂਦਾ ਹੋਇਆ ਵੀ ਦਿਖੂਗਾ। ਇਹ ਵਾਲੀ ਚੀਜ਼ ਮੂਵੀ ਦੇ ਵਿੱਚ ਉਹਨਾਂ ਨੇ ਇੱਕ ਐਨੀਮੇਟਡ ਤਰੀਕੇ ਦੇ ਨਾਲ ਦਿਖਾਈ ਹੈ ਕਿਉਂਕਿ ਚਮਕੀਲਾ ਰੀਅਲ ਲਾਈਫ ਦੇ ਵਿੱਚ ਇੱਦਾਂ ਸੀ। ਇਹ ਚੀਜ਼ ਦਿਖਾਉਣੀ ਉਹਨਾਂ ਲਈ ਜ਼ਰੂਰੀ ਸੀ, ਇਸ ਲਈ ਇਹ ਰੀਅਲ ਸੀਨ ਬਣਾਉਣ ਦੀ ਬਜਾਏ ਉਹਨਾਂ ਨੇ ਇੱਕ ਐਨੀਮੇਟਡ ਤਰੀਕੇ ਨਾਲ ਆਰਟ ਬਣਾ ਕੇ ਦਿਖਾਇਆ। ਤੇ ਇਹ ਸੀ ਚਮਕੀਲਾ ਮੂਵੀ ਦੇ ਕੁਝ ਪੁਆਇੰਟਸ। ਹੁਣ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਬਾਈ ਦੀ। ਦੇਖੋ ਪਹਿਲਾਂ ਤਾਂ ਮੈਂ ਇਹ ਦੱਸ ਦੇਣਾ ਕਿ ਸਿੱਧੂ ਮੂਸੇਵਾਲਾ ਬਾਈ ਵੀ ਚਮਕੀਲੇ ਨੂੰ ਕਾਫੀ ਸੁਣਦੇ ਹੁੰਦੇ ਸੀ। ਤੁਹਾਨੂੰ ਕਾਫੀ ਵੀਡੀਓਜ਼ ਦੇਖਣ ਨੂੰ ਮਿਲ ਜਾਣਗੀਆਂ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਬਾਈ ਚਮਕੀਲੇ ਦੇ ਗਾਣੇ ਲਾ ਕੇ ਗੱਡੀ ਚਲਾ ਰਹੇ ਨੇ, ਕਿਤੇ ਕਿਤੇ ਸਿੱਧੂ ਬਾਈ ਚਮਕੀਲੇ ਦੇ ਗਾਣੇ ਗਾ ਵੀ ਰਹੇ ਨੇ। ਇਸ ਤੋਂ ਇਲਾਵਾ ਸਿੱਧੂ ਬਾਈ ਨੇ ਸਟੇਜ ਤੇ ਵੀ ਕਾਫੀ ਵਾਰ ਚਮਕੀਲੇ ਦੇ ਗਾਣੇ ਗਾਏ ਨੇ। ਇੱਕ ਕਾਫੀ ਪੁਰਾਣੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲਾ, ਇਹਦੇ ਵਿੱਚ ਸਿੱਧੂ ਬਾਈ ਨੇ ਸਿਰਫ ਚਮਕੀਲੇ ਦਾ ਗਾਣਾ ਹੀ ਨਹੀਂ ਗਾਇਆ, ਇਸ ਸਟੇਜ ਤੇ ਸਿੱਧੂ ਬਾਈ ਨੇ ਚਮਕੀਲਾ ਦੇ ਬਾਰੇ ਗੱਲ ਵੀ ਕੀਤੀ ਹੈ। ਇਹ ਕਿਹਾ ਕਿ ਕੁਝ ਇਦਾਂ ਦੀਆਂ ਰੂਹਾਂ ਹੁੰਦੀਆਂ ਨੇ ਜਿਹੜੀਆਂ ਮਰ ਕੇ ਵੀ ਨਹੀਂ ਮਰਦੀਆਂ। ਸਿੱਧੂ ਬਾਈ ਦੀ ਇਹ ਵਾਲੀ ਗੱਲ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ। ਤੁਸੀਂ ਅੱਜ ਵੀ ਯਾਦ ਕਰਦੇ ਸਾਰੇ ਹਨ ਲੋਕ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਸੀ ਕਿ ਸਿੱਧੂ ਮੂਸੇਵਾਲਾ ਬਾਈ ਨੇ ਪਾਵਰ ਗਾਣੇ ਦੇ ਵਿੱਚ ਇਦਾਂ ਕਿਉਂ ਕਿਹਾ ਕਿ ਮੈਂ ਸਿੱਧੂ ਮੂਸੇਵਾਲਾ, ਮੈਂ ਚਮਕੀਲਾ ਨਹੀਂ ਹਾਂ, ਮੈਂ ਤੂੰਬੀ ਨਹੀਂ ਰੱਖਦਾ, ਮੈਂ ਹਥਿਆਰ ਰੱਖਦਾ ਹੁੰਦਾ। ਪਰ ਸਿੱਧੂ ਬਾਈ ਦੇ ਇਸ ਗਾਣੇ ਦੇ ਲਿਰਿਕਸ ਨੂੰ ਕੁਝ ਲੋਕਾਂ ਨੇ ਗਲਤ ਵੇ ਦੇ ਨਾਲ ਦੇਖਿਆ। ਮੈਨੂੰ ਲੱਗਦਾ ਕਿ ਜਿਹੜੇ ਤਰੀਕੇ ਨਾਲ ਲੋਕਾਂ ਨੇ ਸਮਝਿਆ ਇਸ ਗਾਣੇ ਦੇ ਲਿਰਿਕਸ ਨੂੰ, ਸਿੱਧੂ ਬਾਈ ਨੇ ਉਦਾਂ ਬਿਲਕੁਲ ਵੀ ਨਹੀਂ ਕਿਹਾ। ਸਿੱਧੂ ਨੇ ਚਮਕੀਲੇ ਨੂੰ ਨੈਗੇਟਿਵ ਵਿੱਚ ਨਹੀਂ ਦਿਖਾਇਆ, ਬਸ ਆਪਦੇ ਬਾਰੇ ਦੱਸਿਆ ਕਿ ਉਹਨੂੰ ਛੱਡਣਾ ਇੰਨਾ ਸੌਖਾ ਨਹੀਂ ਹੈ ਜਿੰਨਾ ਸੌਖਾ ਤੁਸੀਂ ਚਮਕੀਲੇ ਨੂੰ ਛੱਡ ਲਿਆ ਸੀ। ਉਹਨਾਂ ਨੇ ਸਿਰਫ ਆਪਣੀ ਗੱਲ ਕੀਤੀ ਹੈ ਤੇ ਉਹਨਾਂ ਹੇਟਰਸ ਨੂੰ ਬੋਲਿਆ ਕਿ ਤੁਸੀਂ ਮੇਰੇ ਬਾਰੇ ਇਹ ਨਾ ਸੋਚੋ ਕਿ ਮੇਰੇ ਕੋਲ ਸਿਰਫ ਤੂੰਬੀ ਹੋਊਗੀ। ਸੋ ਇਸ ਵੀਡੀਓ 'ਚ ਇੰਨਾ ਹੀ ਤੇ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਇਸ ਚੈਨਲ 'ਤੇ ਮਿਲ ਜਾਣਗੀਆਂ, ਤੁਸੀਂ ਜਾ ਕੇ ਉਹਨਾਂ ਨੂੰ ਵੀ ਦੇਖ ਸਕਦੇ ਹੋ। ਬਾਈ ਨੇ ਪਾਵਰ ਗਾਣਾ ਨਹੀਂ ਸੀਗਾ, ਉਹ 'ਚ ਕਿਹਾ ਸੀਗਾ ਬਈ ਤੂੰਬੀ ਤਾਂਬੀ ਛੱਡ ਰੱਖੇ 3-15 ਸਿੱਧੂ ਮੂਸੇਵਾਲਾ ਚਮਕੀਲਾ ਥੋੜ੍ਹੇ ਚਮਕੀਲਾ ਹੈਗਾ ਉਦੋਂ ਤੂੰਬੀ ਵੱਜ ਗਿਆ। ਉਹਨੇ ਗੱਲ ਕਹਿਣ ਦਾ ਗੱਲ ਕਰਨ ਦਾ ਤਾਂ ਮਤਲਬ ਹੋਰ ਸੀਗਾ ਗਾਣੇ ਦੇ ਵਿੱਚ ਬਾਈ ਨੇ, ਪਰ ਕਈ ਸਾਡੇ ਲੋਕ ਨੈਗੇਟਿਵ ਜਲਦੀ ਸੋਚਦੇ ਹਾਂ, ਨੈਗੇਟਿਵ ਜ਼ਿਆਦਾ ਪਾਸੇ ਲੈ ਜਾਂਦੇ ਗੱਲ ਤੇ ਸਾਰੇ ਰਿਸਪੈਕਟ ਕਰਦੇ ਆ ਬਾਈ ਦੀ ਤਾਂ, ਹਨਾ। ਉਹਨੇ ਦੱਸਿਆ ਸੀ ਵੀ ਬਾਈ ਤੂੰਬੀ ਰੱਖਦਾ ਸੀ ਤੇ ਮੈਂ ਮੇਰੇ ਕੋਲ ਜਿਹੜਾ ਹੈਗਾ ਆ ਵੀ ਮੈਂ ਆਪਦਾ ਲਾਇਸੈਂਸੀ ਹਥਿਆਰ ਜੋ ਵੀ ਹੈ ਉਹ ਰੱਖਦਾ। ਹਾਂ ਕਿੱਦਾਂ ਬਾਈ ਨੇ ਐਕਸਪਲੇਨ ਕੀਤੀ ਆ ਥੋੜ੍ਹੀ ਜਿਹੀ ਮੂਵੀ ਤੇ ਉਹ 'ਚ ਜਦੋਂ ਬਾਈ ਉਹ ਕਹਿੰਦੇ ਹੁੰਦੇ ਆ ਜਦੋਂ ਗੱਡੀ 'ਚ ਬਹਿੰਦਾ ਪਤਾ ਨਹੀਂ ਮੁੰਬਈ ਉਹਨੇ ਪਤਾ ਨਹੀਂ ਕਿੱਥੇ ਆਉਂਦੇ ਹੁੰਦੇ ਆ, ਉਦੋਂ ਬਾਅਦ ਉਹ ਕਹਿੰਦੇ ਹੁੰਦੇ ਆ ਵੀ ਇਹਨਾਂ ਸਿਗਰਟ ਪੀਣਾ ਇੱਥੇ ਅਲਾਊਡ ਨਹੀਂ ਹੈਗਾ। ਉਹ ਬਾਈ ਜਦੋਂ ਗੱਡੀ 'ਚ ਬਹਿੰਦਾ ਨਾਲ ਹੀ ਬੀੜੀ, ਉਹ ਬੀੜੀ 'ਤੇ ਸਿਗਰਟ ਪੀਣ ਦੀ ਆਦਤ ਹੋਊ ਬਾਈ ਨੂੰ। ਉਹਨਾਂ ਨੇ ਮਾੜਾ ਮੋਟਾ ਤਾਂ ਉਦਾਂ ਦਿਖਾਉਣਾ ਹੀ, ਮਤਲਬ ਜਦੋਂ ਉਹਨੇ ਮਤਲਬ ਵੀਡੀਓ ਵਗੈਰਾ ਕੱਢੀ ਉਹਨਾਂ ਨੇ ਐਨੀਮੇਸ਼ਨ ਬਣਾਉਂਦੇ ਸੀਗੇ, ਕਾਰਟੂਨ ਟਾਈਪ ਬਣਾਉਂਦੇ ਸੀ ਵੀਡੀਓ, ਤਾਂ ਕਿ ਕਈ ਲੋਕ ਫਿਰ ਉਹ ਗੱਲ ਚੱਕ ਲੈਂਦੇ ਨਾ ਵੀ ਉਹ ਬਾਈ ਸਰਦਾਰ ਬਣ ਕੇ, ਵੈਸੇ ਵੀ ਸਰਦਾਰ ਸਰ ਤੇ ਪੱਗ ਹੋਵੇ ਤਾਂ ਉਹ ਚੀਜ਼ਾਂ ਕਰਨੀਆਂ ਸੁਭ ਨਹੀਂ ਦਿੰਦੇ ਆਪਾਂ ਨੂੰ। ਤੇ ਉਹ ਬਿਲਕੁਲ ਸਹੀ ਤਰੀਕੇ ਨਾਲ ਬਾਈ ਉਹਨਾਂ ਨੇ ਐਨੀਮੇਸ਼ਨ ਦੇ ਨਾਲ ਉਹਨੂੰ ਪੇਸ਼ ਕੀਤਾ। ਕਈ ਚੀਜ਼ਾਂ ਇੱਦਾਂ ਦੀਆਂ ਨੇ ਕਈ ਪਤਾ ਨਹੀਂ ਉਹ ਰੀਅਲ ਆ ਪਤਾ ਨਹੀਂ ਕਿੱਦਾਂ ਵਾ, ਬਈ ਆਡੀਅੰਸ ਦੇਖਦੀ ਸੀਗੀ ਬਾਈ ਦਾ ਸ਼ੋਅ ਲਾਈਵ ਤੇ ਉਹ ਕੋਠੇ ਢਹਿ ਗਏ ਸੀਗੇ, ਕੋਠੇ ਢਹਿ ਗਏ ਸੀ ਹਾਂ, ਕਾਫੀ ਉੱਤੇ ਬੁੜੀਆਂ ਚੜੀਆਂ ਹੋਈ ਥੱਲੇ ਡੇ ਪਈ ਪਤਾ ਨਹੀਂ ਇੱਦਾਂ। ਉਹ ਵੀ ਐਨੀਮੇਸ਼ਨ ਬਣਾ ਕੇ ਬਾਈ ਉਹਨਾਂ ਨੇ ਪੇਸ਼ ਕੀਤਾ ਤੇ ਹੋ ਸਕਦਾ ਰੀਅਲ ਹੋਵੇ ਉਹ, ਬਾਕੀ ਵੈਸੇ ਉਹਨਾਂ ਨੇ ਪਰਿਵਾਰ ਤੋਂ ਸਾਰਾ ਕੁਛ ਪੁੱਛਿਆ ਸੀ ਉਹਦੇ ਹਿਸਾਬ ਨਾਲ ਬਣਾਈ ਆ ਵੀ ਇਹ ਰੀਅਲ ਹੀ ਹੋਊ ਤਕਰੀਬਨ, ਕਿਉਂਕਿ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਕੁਛ ਨਹੀਂ ਹੋਇਆ। ਜਦੋਂ ਉਹਨਾਂ ਦੀ ਓਪਨਿੰਗ ਹੋਈ ਆ ਮੂਵੀ ਦੀ ਨੈਟਫਲਿਕਸ ਤੇ ਜਦੋਂ ਆਈ ਆ ਮੂਵੀ ਤਾਂ ਉਹ ਸਾਰੇ ਜਾਣੇ ਇਕੱਠੇ ਹੋਏ ਸੀ, ਉਹਨਾਂ ਦੀ ਫੈਮਿਲੀ ਦੇ, ਉਹਨਾਂ ਦਾ ਬੇਟਾ, ਉਹਨਾਂ ਦੇ ਸਾਰੇ ਜਾਣੇ ਜੋ ਵੀ ਫੈਮਿਲੀ 'ਚ ਹੈਗੇ ਨੇ ਸਾਰੇ ਉੱਥੇ ਇਕੱਠੇ ਹੋਏ ਸੀ। ਉਸ ਤੋਂ ਬਾਅਦ ਮੂਵੀ ਰਿਲੀਜ਼ ਹੋਈ ਆ। ਸਾਡੇ ਆ ਇੱਕ ਘਰ ਛੱਡ ਕੇ ਸਾਡੇ ਰਿਸ਼ਤੇਦਾਰ ਪਿੰਡ ਤਾਂ ਸਾਰੇ ਹੱਥ ਚਾਚੇ ਦਾ ਹੀ ਹੁੰਦੇ ਆ ਤੇ ਉਹਨਾਂ ਦੀ ਸਕੀ ਰਿਸ਼ਤੇਦਾਰੀ ਆ, ਉਹਨਾਂ ਦੀ ਬੇਟੀ ਕਦੇ ਕਦੇ ਇੱਥੇ ਆਉਂਦੀ ਹੁੰਦੀ ਆ, ਉਹਨਾਂ ਦੀ ਕੋਠੀ ਪਈ ਹੋਈ ਆ ਇੱਥੇ ਬੇਟੀ ਦੀ। ਇੱਥੇ ਕੋਠੇ ਹੋਈ ਆ ਤੇ ਬਾਕੀ ਡੁੱਗੇ ਉਹਨਾਂ ਦਾ ਆਪਣਾ ਘਰ ਵਾ ਜੱਦੀ ਘਰ ਆ ਜਿਹੜਾ, ਤੇ ਉਹ ਪਹਿਲਾਂ ਜਰਾਬਾਂ ਦਾ ਕੰਮ ਕਰਦੇ, ਜਿਹੜਾ ਮਤਲਬ ਕਈ ਕਾਰਖਾਨਾ ਸੀ, ਫੈਕਟਰੀ ਸੀਗੀ, ਉੱਥੇ ਜਰਾਬਾਂ ਦਾ ਕੰਮ ਕਰਦੇ।
ਉਹ ਕਹਿੰਦਾ ਤੂੰ ਗਾਣੇ ਇੱਦਾਂ ਦੇ ਨਾ ਗਾ, ਉਹ ਕਹਿੰਦਾ ਵੀ ਮੈਂ ਦੁਬਾਰੇ ਉਹ ਕਹਿੰਦਾ ਨਰਕ 'ਚ ਜਾਣਾ ਚਾਹੁੰਦਾ ਵੀ ਮੈਂ ਕੰਮ ਨਹੀਂ ਉਹ ਕਰਨਾ ਚਾਹੁੰਦਾ, ਵੀ ਮੇਰੇ 'ਚ ਟੈਲੈਂਟ ਹੈਗਾ ਤਾਂ ਮੈਂ ਅੱਗੇ ਆ ਜਾਊਂਗਾ, ਨਹੀਂ ਤਾਂ ਨਾ ਸੀ ਉਹ ਕੰਮ ਸੀ। ਸੋ ਦੋਸਤੋ ਬਹੁਤ ਮੂਵੀ ਬਹੁਤ ਵਧੀਆ ਤੇ ਬਾਈ ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ, ਜੇ ਇਹਨੂੰ ਜੇ ਹੁਣ ਕਈਆਂ ਨੂੰ ਡਾਊਟ ਹੋਊ ਤਾਂ ਡਾਊਟ ਕਲੀਅਰ ਹੋ ਜਾਊਗਾ ਬਾਈ ਦੀ ਵੀਡੀਓ ਰਾਹੀਂ, ਹੈ ਨਾ। ਤੇ ਬਹੁਤ ਵਧੀਆ ਵੀਡੀਓ ਸੀ ਦੋਸਤੋ, ਤੁਹਾਨੂੰ ਕਿੱਦਾਂ ਲੱਗੀ ਮਿੰਟ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ, ਮਿਲਾਂ ਫਿਰ ਆਪਾਂ ਨੈਕਸਟ ਵੀਡੀਓ 'ਚ, ਸਤਿ ਸ਼੍ਰੀ ਅਕਾਲ।